ਹੈਦਰ ਬੀਬੀ ਮੇਰਾ ਸਲਾਮ ਹੋਵੇ। ਬੀਬੀ ਆਦੀਏ ਹਿੰਦਾ ਮੇਰੇ ਸਲਾਮ, ਹਿੰਦਾ ਆਦੀਏ ਕੈਦਨ ਮੇਰੇ ਨਾਮ ਤੋਂ ਵਾਕਿਫ ਹੈ। ਬੀਬੀ ਆਦੀਏ ਸਭ ਕੁਝ ਦੱਸ ਦੇਵਾਂ, ਚਾਦਰ ਲਹਾ ਦੱਸ ਲਾਲੇ ਪੁੱਛਣ ਆਈਆ ਤੇਰਾ ਵਤਨ ਕਿਹੜਾ ਹੈ। ਬੀਬੀ ਆਦੀਏ ਵਤਨ ਦਾ ਨਾ ਪੁੱਛ, ਦੀਆਂ ਰੁਲ ਵਸ ਦੇ ਮਿਲਣ ਆਈਆ ਪੁੱਛਣ ਆਈਆ ਵਤਨ ਕਿਹੜਾ ਹੈ। ਸੁਣਿਆ ਹੈ ਬਹਿਲਾ ਲਿਆ ਵਤਨ ਦਾ ਨਾਮ ਹੈ। ਬੀਬੀ ਆਦੀਏ ਜਿਹੜਾ ਵਸਦੀਆ ਮੰਦਰਾ ਦਾ ਮਦੀਨਾ ਆਈ, ਲਫ਼ਜ਼ ਮਦੀਨਾ ਆਇਆ ਹੈ, ਹਿੰਦਾ ਕੁਰਸੀ ਤੋਂ ਜ਼ਮੀਨ ਤੇ ਆਈ ਹੈ। ਕਹਿਣ ਬੀਬੀ ਮੈਂ ਮਾਫ ਕਰ ਦੇਵੇਂ, ਜਿਤਨੀ ਦੇਰ ਮੈਂ ਤੇਰੇ ਸਾਹਮਣੇ ਕੁਰਸੀ ਤੇ ਬੈਠੀ ਰਹੀ ਹਾਂ। ਬੀਬੀ ਆਦੀਏ ਕੋਈ ਗੱਲ ਨਹੀਂ, ਦੱਸਾਂ ਬਾਦਸ਼ਾਹ ਜ਼ਮੀਨ ਕਹਿਣ ਬੀਬੀ ਪਹਿਲੇ ਮੱਕ ਮਾਫ ਕਰਾਏ, ਜਿਤਨੀ ਦੇਰ ਮੈਂ ਤੁਹਾਡੇ ਸਾਹਮਣੇ ਕੁਰਸੀ ਤੇ ਬੈਠੀ ਰਹੀ ਹਾਂ। ਕਹਿਣ ਬੀਬੀ ਤੁਹਾਡਾ ਘਰ ਮਦੀਨੇ ਹੈ, ਮੇਰੇ ਪੀਰਾਂ ਦਾ ਘਰ ਮਦੀਨੇ ਹੈ, ਤੇਰੀਆਂ ਕੈਦਾਂ ਛੁੱਟ ਸੈਨ ਤੋਂ ਅੰਜ ਦੱਸੇ ਸੈ, ਹਿੱਲਾ ਕੁਰਸੀ ਤੇ ਰਹੀ ਹੈ, ਅਸਾਂ ਮਿੱਟੀ ਤੇ ਬੈਠੀਆਂ ਰਹੀ। ਸਰ ਤੇ ਮਾਤਮ ਕਰਨ ਨੇ ਪਾਇਓ ਸਯਦਾ ਦਾ ਮਤਾ ਹੋ ਮੌਲਾ ਦੇ, ਤੜਪ ਤੜਪ ਰੋਂਦੇ ਹੋ ਮੇਰਾ ਦਿਲ ਰੁਕ ਕੇ ਬੈਣ ਕਰਾ, ਅਜ਼ਾਦਾ ਰੋ ਮਰ ਲਿਖਾ ਹੈ ਹਿੰਦਾ ਰੋ ਕੇ ਆਦੀ। ਕਹਿ ਦਿਨ ਬੀਬੀ ਤੁਹਾਡਾ ਲਹਿਜਾ ਦਰਦਾ ਲਾਏ, ਜ਼ਖਮੀ ਬਹੁਆ ਚੰਦ ਸਵਾਲ ਕਰਾਂ। ਬੀਬੀ ਆਦੀ ਕਰ ਵਤਨ ਤੁਹਾਡਾ ਮਦੀਨਾ ਹੈ ਤਾਂ ਮਹੱਲਾ ਕਿਹੜਾ ਹੈ। ਬੀਬੀ ਆਦੀ ਬਨੀ ਹਾਸ਼ਿਮ, ਬਨੀ ਹਾਸ਼ਿਮ ਦਾ ਨਾਮ ਹੈ ਹਿੰਦਾ ਸ਼ਾਮਿਲ ਹੋਣ ਆਇਆ। ਅਗਲਾ ਸਵਾਲ ਸਯਦਾ ਦਾ ਅਗਲਾ ਸਵਾਲ, ਹਿੰਦਾ ਇਹੋ ਦੀਆਂ ਮੀਤਾਂ ਹੈ ਮੇਰੀ ਸੈਣ ਦੇ ਸਬਰ ਦੇ ਮਨ ਤੁੜ ਗਿਆ। ਕਹਿਣ ਬੀਬੀ ਅਲੀ ਕੋ ਜਾਣ ਨਹੀਂ ਹੈ, ਹੁਸੈਨ ਕੋ ਜਾਣ ਨਹੀਂ। ਬੀਬੀ ਆਦੀ 70 ਕਦਮ ਦਾ ਫਾਸਲਾ, ਕਹਿਣ ਬੀਬੀ ਅਲੀ ਕੋ ਜਾਣ ਨਹੀਂ, ਹੁਸੈਨ ਕੋ ਜਾਣ ਨਹੀਂ, ਵਾਸਤਾ ਇਸੇ ਹੁਸੈਨ ਦਾ ਹੌਲੇ ਹੌਲੇ ਦੱਸੇ ਮੇਰੀ ਸੈਣ ਕੋ ਜਾਣ ਨਹੀਂ। ਬੀਬੀ ਆਦੀ ਹਿੰਦਾ ਮੈਂ ਖਰਾ
ماتمیوں تو سامنے وین سڑا ہے تیری سین روکیا دی ہندا جے تے اپنی سین دا نام نہ دسے سین وقت میں تے کو کیویں دسے سا میں جاندی ہاں جو کوئی لا سب کتاب لکھتا ہندا مری سین دے کان نال موہن لائے ادے کہہ دن بی بی حال دسے ਸਿੱਧੀ ਦਰਬਾਰ